ਸ੍ਰੀ ਅਕਾਲ ਜੀ ਸਾਰਿਆਂ ਨੂੰ। ਲੈ ਵੀ ਮਿੱਤਰੋ, ਅੱਜ ਦੇ ਦਿਨ ਅਤੇ ਅੱਜ ਦੇ ਵਲੋਗ ਦੀ ਸ਼ੁਰੂਆਤ ਕਰਤੀ ਜੀ, ਅਤੇ ਉੱਠੇ ਰਹੀ ਬਾਬੇ ਦੀ ਕਿਰਪਾ ਦੇ ਨਾਲ 5:30 ਵਜੇ ਅਸੀਂ। ਅਤੇ ਅੱਜ ਸਾਡਾ ਵਲੋਗ ਬਣਾਉਣ ਦਾ ਪਹਿਲਾਂ ਕੋਈ ਪਲੈਨ ਨਹੀਂ, ਮੈਂ ਹਜੇ ਰੈਸਟ ਮਾਰੀਏ। ਫਿਰ ਮੈਂ ਸੋਚਿਆ, ਮੈਂ ਕਿਹਾ ਨਹੀਂ ਯਾਰ, ਡੇਲੀ ਰੂਟੀਨ ਦਾ ਵਲੋਗ ਆ, ਡੇਲੀ ਰੂਟੀਨ ਜੋ ਕਰਾਂਗੇ ਤੁਹਾਨੂੰ ਦੱਸ ਦਾਂਗੇ, ਹੈ ਨਾ। ਅੱਜ ਹੈ ਨਹੀਂ ਕੋਈ ਪਲੈਨ। ਅਤੇ ਫਿਰ ਮੈਂ ਸੋਚਿਆ, ਮੈਂ ਜਦੋਂ ਗੁਰੂ ਮਹਾਰਾਜ ਦੇ ਘਰ ਆਇਆ, ਪਾਠ ਕੀਤਾ, ਥੋੜ੍ਹਾ ਜਿਹਾ ਨਾ ਮਨ ਕੱਲ੍ਹ ਸ਼ਾਮਾਂ ਦਾ ਨੈਗੇਟਿਵ ਜਿਹਾ ਪਿਆ ਸੀ, ਪਤਾ ਨਹੀਂ ਉੱਦਾਂ ਹੀ ਮਲਕੀਰ ਬੰਦਾ ਹੋ ਜਾਂਦਾ ਹੈ ਨਾ ਚੀਜ਼ਾਂ, ਜਦੋਂ ਬੰਦਾ ਇਕੱਲਾ ਬੈਠਾ ਹੋਵੇ। ਮੈਂ ਕੱਲ੍ਹ ਕਿਹਾ ਫਿਰ ਇਕੱਲਾ ਬੈਠਾ ਰਿਹਾ, ਚੀਜ਼ਾਂ ਦਿਮਾਗ 'ਚ ਵਾਹਵਾ ਚੱਲੀ ਜਾਂਦੀਆਂ। ਅਤੇ ਬਾਅਦ 'ਚ ਫਿਰ ਰਾਤ ਵੀ ਸਾਜਨ ਹੋਣੀ ਆ ਗਈ, ਚਲੋ ਉੱਥੇ ਭਾਅ ਹੱਸਣ ਖੇਡਣ ਡੈ ਪਏ ਸੀ। ਅਤੇ ਸਵੇਰੇ ਉੱਠ ਕੇ ਹੁਣ ਗੁਰਦੁਆਰਾ ਸਾਹਿਬ ਜਦੋਂ ਮੱਥਾ ਟੇਕਿਆ, ਉਦੋਂ ਪਾਠ ਕਰਦਿਆਂ ਕਰਦਿਆਂ ਫਿਰ ਮਨ 'ਚ ਵਧੀਆ ਵਧੀਆ ਥੋਟ ਆਉਣੇ ਸ਼ੁਰੂ ਹੋਏ। ਫਿਰ ਮੈਂ ਕਿਹਾ ਨਹੀਂ ਜੱਟਾ ਕੇ ਉੱਦਾਂ ਬਣਾ ਕਿਉਂ ਆਪਾਂ, ਹੈ ਨਾ, ਨੈਗੇਟਿਵ ਨਹੀਂ ਹੋਣਾ, ਹੈ ਨਾ। ਆਪਣੇ ਆਪ ਨੂੰ ਇੱਕ ਦੋ ਗੱਲਾਂ ਕੱਢੀਆਂ, ਅੰਦਰੋਂ ਅੰਦਰ ਹੀ ਕੋਸਿਆ ਆਪਣੇ ਆਪ ਨੂੰ ਕਿ ਨਹੀਂ ਇਹ ਕੰਮ ਨਹੀਂ ਕਰਨਾ, ਤਕੜਾ ਹੋ। ਅਤੇ ਪਰ ਮੈਂ ਰੋਜ਼ ਕਾਲੀ ਵੀ ਜਦੋਂ ਗੁਰਦੁਆਰਾ ਸਾਹਿਬ ਆਉਂਦਾ ਨਾ, ਮੈਂ ਕੁਛ ਚੀਜ਼ਾਂ ਨੋਟ ਕਰਦਾ, ਮਤਲਬ ਕਿ ਉਹ ਚੀਜ਼ਾਂ ਦਾ ਮੈਨੂੰ ਬੜਾ ਹੁੰਦਾ। ਜਦੋਂ ਆਪਾਂ ਅੱਜ ਹੁਣ ਜਦੋਂ ਬਾਹਰ ਆਉਂਦੇ 10:20 ਹੋਣ ਡੀ, ਹੈ ਨਾ, ਅਤੇ ਉਦੋਂ ਕੀ ਕਰਦੇ, ਕੈਮਰਾ ਫੜੀ ਰੱਖੀ ਫੜੀ ਮਾੜਾ ਇੱਥੇ, 10:20 ਕਰਦੇ ਆ ਕਿ ਲੋਕ ਥੱਲੇ ਹੱਥ ਕਰ ਲੈਂਦੇ ਇੱਦਾਂ ਕਰਕੇ, ਹਮੇਸ਼ਾ 2 ਮਿੰਟ ਵਾਸਤੇ ਆਪਾਂ ਇੱਦਾਂ ਨਹੀਂ ਕਰ ਸਕਦੇ। ਗੁਰੂ ਮਹਾਰਾਜ ਦੇ ਗੜੀ ਮੈਂ ਆਪਣੇ ਅਲੱਗ ਅਲੱਗ ਗਏ ਨਾ, ਘੱਟੋ ਘੱਟ ਜੇ 20 ਜਣੇ ਖਲੋਤੇ, 20 'ਚ ਸਿਰਫ 3-4 ਦੇ ਹੱਥ ਉੱਤੇ ਸੀ ਇੱਦਾਂ ਕਰਕੇ, ਇਹ ਕਰਕੇ ਨਹੀਂ ਤਾਂ ਸਾਰੇ ਥੱਲੇ। ਮਾੜੀ ਗੱਲ ਆ, ਤੂੰ ਵੀ ਉਹਨਾਂ ਬੰਦਿਆਂ 'ਚ ਆ ਗਏ। ਆਪਣੇ ਲਾਗੇ ਇੱਕ ਦੀ ਰਿੰਗ ਟਿਉਣੀ ਵੱਜੀ, ਗਾਣੇ ਵੀ ਲਾਈ ਹੁੰਦੇ, ਹਨਾ। ਤੇ ਕੱਲ ਵਾਲੇ ਵਲੋਗ 'ਚ ਵੀ ਗੱਲ ਕੀਤੀ ਕਿ ਆਪਾਂ 10:20 ਕਰਨ ਦੇ ਵਿੱਚ ਆਪਣੇ ਫੋਨ ਦੀ ਬੈਲ ਵੱਜ ਗਈ, ਤੇ ਆਪਣਾ ਮਨ ਉੱਡਕ ਜਾਂਦਾ, ਧਿਆਨ ਉੱਡਕ ਜਾਂਦਾ। ਤਾਂ ਕਰਕੇ ਮੈਂ ਤਾਂ ਫੋਨ ਹੀ ਗੱਡੀ ਰੱਖ ਕੇ ਜਾਂਦਾ, ਕਾਲੀ ਵੀਰ ਸਗੋਂ ਨਾਲ ਖੜਿਆ ਹੈ, ਹਨਾ। ਅਤੇ ਇਹ ਨਿੱਕੀਆਂ ਨਿੱਕੀ ਚੀਜ਼ਾਂ ਹੁੰਦੀਆਂ, ਬਸ ਆਪਾਂ ਕਹਿੰਦੇ ਸਾਡੀਆਂ ਮਨੋਕਾਮਨਾ ਨਹੀਂ ਪੂਰੀਆਂ ਹੁੰਦੀਆਂ, ਆਪਾਂ 10:20 ਜੀ ਚੰਗੀ ਤਰ੍ਹਾਂ ਸ਼ਾਮਿਲ ਨਹੀਂ ਹੋ ਪਾਉਂਦੇ, ਹਨਾ। ਅਤੇ ਬਸ ਜੋ ਕਹਿਣਾ ਕਿ ਯਾਰ ਸਾਡੀ ਮਨੋਕਾਮਨਾ ਨਹੀਂ ਪੂਰੀ ਹੋਈ, ਸਾਡੇ ਨਾਲ ਇੱਦਾਂ ਹੋ ਗਿਆ, ਸਾਡੇ ਨਾਲ ਇੱਦਾਂ ਹੋ ਗਿਆ, ਹਨਾ। ਅਤੇ ਬਾਕੀ ਅਸੀਂ ਤਾਂ ਰੋਜ਼ ਸ਼ੁਕਰਾਨਾ ਕਰਨੀ ਆਉਂਦੇ ਹਨ, ਅਤੇ ਮਾਲਕ ਨੇ ਸਾਡੀ ਕਾਰ ਤੋਂ 1000 ਗੁਣਾ ਵੱਧ ਕੇ ਦਿੱਤਾ ਵਾ। ਅਸੀਂ ਤਾਂ ਰੋਜ਼ ਬਸ ਸ਼ੁਕਰਾਨਾ ਹੀ ਕਰਨਾ ਆਉਂਦੇ ਕਿ ਸੱਚੇ ਪਾਤਸ਼ਾਹ ਸ਼ੁਕਰ ਹੈ ਤੇਰਾ, ਅਤੇ ਸਾਰਾ ਕੁਛ ਤੇਰਾ ਦਿੱਤਾ ਹੀ ਹੈ ਹੋਇਆ ਵਾ। ਜੋ ਪਾਉਣ ਡੇ, ਹੰਢਾਉਣ ਡੇ, ਖਾਣ ਡੇ, ਪੀਣ ਡੇ, ਕੁਛ ਵੀ ਕਰਨ ਡੇ, ਬਸ ਉਹਦੀਆਂ ਮੇਰਾ ਰਹਿਮਤਾਂ ਨਹੀਂ ਆ, ਕਿ ਬੰਦੇ ਦੀ ਕੋਈ ਕਾਤ ਹੀ ਨਹੀਂ। ਆਪਾਂ ਕਹਿ ਦਿੰਦੇ ਨਾ ਅਸੀਂ ਐਂ ਕਰਦੇ ਜਿਵੇਂ ਕਰਦੇ, ਆਪਾਂ ਕੁਛ ਉਹ ਨਹੀਂ ਕਰਨ ਡੇ ਹੁੰਦੇ, ਉਹੀ ਆਪਾਂ ਨੂੰ ਸੌਂਦਾ ਆ ਅਤੇ ਉਹੀ ਆਪਾਂ ਨੂੰ ਜਗਾਉਂਦਾ ਆ। ਅਸੀਂ ਬਾਬੇ ਦੀ ਕਿਰਪਾ ਨਾ, ਸਾਡਾ ਪਿੰਡ ਰੂਟੀਨ ਹੀ ਨਾ ਸਹੀ ਹੋਇਆ, ਅਸੀਂ ਕਾਲੀ ਵੀਰ ਜਿੰਨਾ ਆਪਣਾ ਇੱਥੇ ਸਹੀ ਹੋ ਗਿਆ, ਇੱਥੇ ਹੁਣ ਅਸੀਂ ਉੱਠ ਪੈਂਦੇ, ਸਾਡੇ 5:30 ਉੱਠ ਪਏ, ਸਾਡੇ ਨਾਲ ਦੇ ਬੰਦੇ ਸਗੋਂ ਇੱਥੇ ਆ ਕੇ ਖਰਾਬ ਕਰਨ ਡੇ ਆ, ਅਸੀਂ ਪਰ ਸਹੀ ਹੋ ਗਏ। ਗੁਰੀ ਦੇ ਮਾਂ ਵੀਰ ਵੀ ਜਿੰਮ ਲਾਈ ਜਾਣ ਡੇ, ਬਾਕੀ ਮੰਨਾ ਅਤੇ ਗੋਰੀ ਅਤੇ ਭੁੱਲਰ, ਉਹ ਫੁੱਲ ਬਾਛੀ ਦੇ ਪਏ ਆ। ਮੱਝ ਲਾਓ, ਆਨੰਦ ਲਾਓ, ਆਨੰਦ ਆਨੰਦ। ਮੌਸਮ ਬਹੁਤ ਸੋਹਣਾ ਹੋ ਗਿਆ, ਪਰ ਜੇ ਮੀਂਹ ਨਾ ਪਵੇ, ਜੇ ਮੀਂਹ ਪੈ ਗਿਆ ਤਾਂ ਫਿਰ ਚਿਗੜੀ ਚਿਗੜੀ ਜੀ ਬਾਜ ਪੜਾ ਜੀ ਬਾਜੀ, ਏਦਾਂ ਦਾ ਮੌਸਮ ਰਵੇ ਨਾ ਏਦਾਂ ਦਾ ਕਿਤੇ, ਹੋਏ 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 ਹੋਏ, ਫਿਰ ਕਾਫੀ ਕਾਫੀ ਪੀਂਦਾ ਮਜ਼ਾ ਆਉਂਦਾ, ਹੈ ਨਾ। ਲੈ ਵੀ ਮਿੱਤਰੋ, ਚਲੀਏ ਜਾਇ ਕਰੀਏ ਕਾਰਡੀਓ, ਫਿਰ ਵੀ ਅਗਲਾ ਮਾਹੌਲ ਕੀ ਬਣਦਾ। ਪਹੁੰਚ ਗਏ ਜਿਮ ਦੇ ਵਿੱਚ, ਸ਼ਾਹ ਬੰਦਾ ਇੱਕ ਆ ਕੇ ਬੈਠਾ, ਆਪਣਾ ਕੀ ਚੱਕਰ ਕੀ ਆ, ਗੱਲ ਕੀ ਆ, ਇਹ ਸਾਲੇ ਰਾਤੀ ਕਲੱਬ 'ਚ ਗਿਆ ਸੀ ਤੇ ਹੈਂ, ਉਹ ਬੱਲੇ ਪੂਰੀ ਕਿਲਾ ਤੁਰਿਆ ਫਿਰਦਾ, ਬਾਕੀ ਗਿਆ ਕਿੱਥੇ ਆ, ਕਿੱਥੋਂ ਖੇ ਖਾਦੀ ਰਾਤੀ, ਕਿਹੜੇ ਕਲੱਬ ਗਿਆ ਸੀ, ਹੁਣ ਇਹ ਨਾ ਕਿ ਕਲੱਬ ਨਹੀਂ ਗਿਆ, ਜੇ ਕਲੱਬ ਨਹੀਂ ਗਿਆ ਤੇ ਕੱਪੜੇ ਤੋਂ ਲਾਏ ਹੋਣੇ ਸੀ ਉਹਨੂੰ, ਤੂੰ ਘਰ ਵਾਲੇ ਕੱਪੜਾ ਜਾਣਾ ਫੜੇ ਤੇ ਇੱਥੇ ਜਾਂਦੇ ਜੀ,
ਸਾਡੇ ਨਾਲ ਕਿਤੇ ਨੀ ਗਿਆ, ਮੈਂ ਤਾਂ ਬਲੌਗ ਬਣਾਉਣਾ ਆਉਂਦਾ ਸਵੇਰ ਦਾ ਜੀ, ਸਾਡੇ ਨਾਲ ਕੋਈ ਨੀ ਗਾ ਦੋਵੇਂ ਜਣੇ ਸੀ ਮਿੱਤਰਾਂ। ਵਰਕਆਊਟ ਹੋ ਗਿਆ ਜੀ ਆਪਣਾ, ਓਕੇ ਰਿਪੋਰਟ ਕਾਹਲੀ ਹੋਈ ਤੇ ਕਾਹਲੀ ਕਰ ਰਹੇ ਆਪਾਂ, ਓਕੇ ਸਰਪੰਚ ਨਾਲ ਲਾਇਆ ਨੇ ਅੱਜ ਚਲੀਏ। ਲੈ ਵੀ ਮਿੱਤਰਾਂ ਕਹਿੰਦੇ ਝੜੀ ਲੱਗ ਗਈ ਝੜੀ, ਮੀਂਹ ਵਾਲਾ ਕੰਮ ਬਾਗੋ ਬਾਗ ਹੋ ਗਿਆ ਜੀ, ਬਾਗੋ ਬਾਗ ਹੈ, ਦੋ ਚਾਰ ਦਿਨ ਇਹੋ ਕੁਝ ਰਹਿਣਾ ਹੁਣ, ਫਿਰ ਸਾਡਾ ਝੜੀ ਲੱਗੀ। ਹਾਂਜੀ ਆ ਜਾਓ ਆ ਜਾਓ ਆ ਜਾਓ ਦੋਸਤੋ, ਕੈਸੇ ਖੁੱਲ ਗਿਆ ਦੋਸਤੋ, ਹੈਲੋ ਚਲੋ ਆ ਜਾਓ, ਨਾ ਕੋਈ ਤੁਹਾਨੂੰ ਬਾਦਸ਼ਾਹ ਹੋ, ਨਾ ਕੋਈ ਤੁਹਾਨੂੰ ਬਾਦਸ਼ਾਹ ਹੋ, ਦੱਸੋ ਹੋ ਐਂਟਰ ਉਹ ਬੰਦ ਹੋਣਾ 11 ਖੁੱਲ੍ਹਣਾ ਜੀ, ਉੱਥੇ ਕਾਫੀ ਕੁਝ ਪੀ ਲੈਂਦੇ, ਮਾੜਾ ਮਾੜਾ ਪ੍ਰੋਟੀਨ ਪਾ ਦੇ ਸਾਂਝਾ ਕਿੱਥੇ ਸਿਕਰ। ਚਲੋ ਮਿੱਤਰਾ ਕੈਫੇ ਪਹੁੰਚ ਗਈ ਯਾਰਣੀ ਅਤੇ ਬਹੁਤ ਜ਼ਿਆਦਾ ਭੁੱਖ ਲੱਗੀ ਹੈ, ਅਤੇ ਕਹਿੰਦੇ ਮੀਂਹ ਗਿਆ ਜੇ ਹਾਟ, ਅਤੇ ਹੁਣ ਲੱਗ ਜਾਣੀ ਜੀ ਧੁੱਪ, ਅਤੇ ਮੇਰੇ ਹਿਸਾਬ ਨਾਲ ਜਦੋਂ ਆਪਾਂ ਬਾਹਰ ਨਿਕਲਣਾ ਇੱਥੋਂ ਪੂਰੀ ਧੁੱਪ ਲੱਗ ਜਾਣੀ। ਖਾ ਪੀ ਕੇ ਪੱਧਰੋਂ ਇਹ ਕੱਪੜੇ ਲੈ ਗਏ, ਇਹ ਦੱਸੋ ਹੁਣ ਕਿ ਕਿਹੜੇ ਮੁੱਲ ਜਾਣਾ, ਵੀ ਆ ਜਾਣਾ ਲੰਟੇ ਜਾਣਾ ਕਿੱਥੇ ਜਾਣਾ ਦੱਸੋ ਹੁਣ, ਨਹੀਂ ਮਤਲਬ ਕਿ ਆਪਾਂ ਲਿਆਉਣੇ ਇਹਦੇ ਨਾਲ ਦੀ ਖੁੱਲ੍ਹੀਆਂ ਖੁੱਲ੍ਹੀਆਂ ਹੈਗੀਆਂ। ਐਡੀਡਾਸ ਹੈਗਾ ਇੱਥੇ ਹੈਗਾ, ਵੀ ਹੈਗਾ ਕਿੱਥੇ, ਕਾਲੀ ਵੀਰ ਦੀ ਕਹਿਣ 'ਤੇ ਕਰਾਂ ਕਹਿੰਦੇ ਆਪਾਂ ਉੱਥੇ ਚੱਲ ਜਾ ਕੇ ਵੇਖ ਲੈਂਦੇ, ਐਚ ਐਮ ਕਹਿੰਦੇ ਜਿਹਨੇ ਖੁੱਲ੍ਹੀ ਖੁੱਲ੍ਹੀ ਕਹਿੰਦੇ ਕਿਤੇ ਘਰੇ ਪਾਉਣ ਲੈਣੀ ਆ ਨਾ, ਉਹ ਐਚ ਐਮ ਦੇ ਲੈ ਕੇ ਵੇਖ ਲਓ, ਜਿਮ ਵਾਲੀ ਜਿੱਦਾਂ ਆਪਾਂ ਸਵੇਰੇ ਜਿੰਮ ਆਉਂਦੇ ਨਾ ਜਿੱਦਾਂ ਖੁੱਲ੍ਹੀ ਖੁੱਲ੍ਹੀ ਪਾਉਂਦੇ ਆਪਾਂ ਉਹ ਚੀਜ਼ਾਂ, ਤੁਸੀਂ ਵੀ ਲੈਣੀਆਂ ਉੱਥੇ 'ਚ ਵੇਖ ਲੈਂਦੇ ਹਾਂ ਹੈਨਾ। ਤਾਂ ਸਰਪੰਚ ਤੂੰ ਲੰਡੀ ਪਾਈ ਫਿਰਦਾ ਆਈਡੀ ਇਹਦੇ ਖਾਤੇ ਜਾ ਰਹੇ ਨੇ ਗਰੀਬ ਕਰਨਾ, ਇਹਨੂੰ ਕਿਹਾ ਮੈਂ ਚੱਲਦਾ ਕੱਲ ਫਿਰ ਬਾਸ ਤੇ ਮੰਦੇ ਇਹ ਕਰਾ ਚੱਲੀ, ਮੈਨੂੰ ਤਾਂ ਪਤਾ ਹੀ ਕੀ ਹੈ ਮੈਨੂੰ ਗੱਲ ਹੀ ਦੱਸਣੀ ਸੀ, ਗੱਲ ਕੁਝ ਕੱਲ ਤੇ ਮੈਨੂੰ ਕਮੈਂਟ ਵੀ ਆਏ ਮੈਨੂੰ ਉੱਤੇ ਸਨੈਪਚੈਟ ਤੇ, ਕਹਿੰਦੇ ਬੰਦੇ ਦੋਵੇਂ ਇਨਐਕਟਿਵ ਆ ਤੇ ਗੱਲ ਕੋਈ ਹੈਗੀ ਆ, ਨਹੀਂ 3 ਵਜੇ ਦੇ ਇਨਐਕਟਿਵ ਯਾਰ ਇਹਦੇ, ਕਹਿੰਦੇ 3 ਵਜੇ ਤੇ ਹੀ ਆ ਗਏ ਸੀ, ਮੈਂ ਤਾਂ ਵੀ ਬੁਖਾਰ ਪੜਾ ਜਿਹੜਾ ਕੰਮ ਮੇਰੇ ਦਾ ਬੁਖਾਰ ਗਾਲ ਇਹ ਬੁਖਾਰ ਇਹ ਕੱਲ ਗਏ ਜਲੰਧਰ, ਜਲੰਧਰ ਬੁਖਾਰ ਜਲੰਧਰ ਕੇ ਲੁਧਿਆਣੇ ਮੈਨੂੰ ਨਹੀਂ ਪਤਾ ਕਿੱਥੇ ਗਏ, ਮੈਨੂੰ ਕਹਿ ਕੇ ਤੇ ਮੈਨੂੰ ਇਹ ਨੀ ਪਤਾ ਕਿ ਉੱਥੋਂ ਬੁਖਾਰ ਚੜਾਏ ਕਰ ਤੋਂ ਆਏ, ਗੁਰਵੀਰ ਵੀ ਆਉਂਦੇ ਟੇਢਾ ਜਿਹਾ ਤੇ ਮਾਂ ਵੀ ਨੀ ਟੇਢਾ ਜਿਹਾ, ਰੱਬ ਜਾਣੇ ਹੁਣ ਤੇ ਭੁੱਲਣਾ ਵੈਸੇ ਬੁਖਾਰ ਚੜਿਆ ਰਹਿੰਦਾ ਉੱਤਰ ਨੀ ਡਿਆ ਵੱਡੇ ਦਿਨਾਂ ਦਾ ਵੇਲੋ, ਜਿਹਨੂੰ ਆਖੀਏ ਬਹਿ ਜਾ ਸੋਫੇ ਤੇ ਬਹਿਣਾ ਨੇ ਬੰਨੀ ਜਾਂਦਾ ਵੇਲਾ, ਬੰਨੀ ਮਲ ਕੇ ਮਹਿੰਦਾ ਵੇਲਾ ਉੱਠੇ ਪਾਸੇ ਜਾਂਦਾ ਏ ਆਪਣੇ ਸਿਰ ਸਿਰ ਹੋ ਕੇ ਦਿਓ ਚਾਬੀ ਦੇਣੀ ਆ ਜੀ, ਮੈਂ ਕੱਲ ਕੋਈ 19-21 ਹੋ ਗਈ ਤੁਸੀਂ ਆਪ ਜ਼ਿੰਮੇਵਾਰ ਹੋ ਗਏ, ਵੀਰ ਹੋਣਾ ਨੇ ਚੁੱਕ ਲਿਆ ਪੁੱਛਾਂ ਕਹਿੰਦੇ ਨਾ ਵੀਰ ਢਿੱਲੋ ਗਏ ਤੂੰ ਕਹਿ ਤਾ ਆਪਾਂ ਬਿਲਕੁਲ ਨਹੀਂ, ਆਪਾਂ ਸਿੱਧੀ ਗੱਲ ਆਪਾਂ ਜਿਹੜਾ ਆਪਾਂ ਸਿਰ ਸਿਰ ਹੋ ਗਏ ਇਹੋ ਜਿਹੇ ਪੁੱਠੇ ਦੇ ਕੰਮ ਕਰਨੇ, ਸਿੱਧਾ ਕੰਮ ਕਰਨਾ ਤੇ ਫਿਰ ਆਪਾਂ ਨਾਲ ਆ ਸਿੱਧਾ ਕੁ ਕਰਨੇ ਡੈਗ ਹੋ ਰਹੀ ਨਾ ਮੰਨੇ ਹੋਣੀ ਨਾ ਜੱਜੀ ਹੋਣੀ, ਆਪਾਂ ਤੇ ਵੀਰ ਜੀ ਆਪਾਂ ਵਲੌਗ ਕੱਢ ਕੇ ਦਿਖਾ ਦੇਣਾ ਵਾ, ਆਪਾਂ 10 ਦਿਨ ਪਹਿਲਾਂ ਗੱਲ ਕਹੀ ਕਿ ਜੇ ਕੋਈ ਬੰਦਾ ਪੁੱਠੇ ਦਾ ਕੰਮ ਕਰਦਾ ਫੜਿਆ ਨਾ ਆਪਣਾ ਜਿਵੇਂ ਆਰਾਮ ਹੋਊਗਾ, ਭਾਵੇਂ ਉਹ ਬਾਬਾ ਹੋਵੇ ਤੇ ਭਾਵੇਂ ਉਹ ਸ਼ੇਰਾ ਹੋਵੇ ਤੇ ਭਾਵੇਂ ਉਹ ਗੋਰੀ ਹੋਵੇ ਤੇ ਭਾਵੇਂ ਉਹ ਮੰਨਾ ਹੋਵੇ ਭਾਵੇਂ ਉਹ ਜੱਜੀ ਹੋਵੇ ਭਾਵੇਂ ਉਹ ਮਾਂ ਵੀ ਹੋਵੇ ਭਾਵੇਂ ਉਹ ਪੁੱਤਰ ਹੋਵੇ ਭਾਵੇਂ ਉਹ ਕਾਲੀ ਹੋਵੇ ਭਾਵੇਂ ਉਹ ਗੋਰੀ ਹੋਵੇ ਭਾਵੇਂ ਢਿੱਲੋ ਹੋਵੇ ਕੋਈ ਵੀ ਹੋਵੇ, ਸੋਲਾਂ ਪੰਦਰਾਂ
ਭੁੱਲਰ ਦਾ ਸਾਧ ਛੱਡ ਗਿਆ ਬੰਦਿਆਂ ਦਾ ਗੱਲ ਦਾ ਮੈਂ ਜਦੋਂ ਭੁੱਲਰ ਨਾਲ ਗੱਲ ਦੱਸੀ ਨਾ ਮੈਂ ਗੱਲ ਮੈਂ ਨੀ ਭੁੱਲਰ ਪਤਾ ਨੀ ਕਲੱਬ ਕਲੱਬ ਚ ਕਿੱਦਾਂ ਗਿਆ ਸਾਢੇ ਪੰਜ ਵਜੇ ਜਿਮ ਥੱਲੇ ਖੜੋਤਾ ਆ ਗਏ ਮੌਕਾ ਸਾਂਭ ਗਿਆ ਭੁੱਲਰ ਨਹੀਂ ਨਹੀਂ ਭੁੱਲਰ ਦਾ ਮੌਕਾ ਸਾਂਭ ਗਿਆ ਨਹੀਂ ਨਹੀਂ ਭੁੱਲਰ ਮੌਕਾ ਭੁੱਲਰ ਦਾ ਮੌਕਾ ਸਾਂਭ ਗਿਆ ਬ੍ਰਾਂਡ ਚੰਗਾ ਤਕੜਾ ਰੱਖਿਆ ਤੁਸੀਂ ਨੰਦ ਨੂੰ ਟੱਪ ਕੇ ਕਹਿੰਦੇ ਭੁੱਖ ਨੀ ਲੱਗੀ ਤੇ ਗੰਡਾਸੇ ਨੇ ਕਿਤੇ ਵਰਨ ਡੇ ਭੁੱਖ ਨੀ ਮੈਂ ਲੱਗਦਾ ਪੀਸ ਖਾਲੀ ਉਧਰ ਦੇ ਹੈਂ ਹੁਣ ਜਦੋਂ ਢਿੱਡ ਜਾ ਭਰਿਆ ਭਾਜੀ ਕੱਚਾ ਨੀ ਕੀੜਾ ਜਾ ਜਦੋਂ ਪਤਾ ਲੱਗਾ ਨਾ ਪੀਸ ਇੱਕਦਾ ਰਹਿ ਗਿਆ ਹੈਂ ਉਹਦਾ ਸੰਗਣਾ ਰਾਜਦੀਪ ਹੁਣੀ ਜਨਮਦਿਨ ਮਨਾਉਣ ਡੇ ਮੇਰਾ ਉਦੋਂ ਪੈਸੇ ਪੂਸੇ ਘੱਟ ਹੀ ਹੁੰਦੇ ਸੀ ਜਨਾਲੇ ਜਨਮਦਿਨ ਮਨਾਉਣ ਡੇ ਉਦੋਂ ਵੀਡੀਓ ਵਾਡੀ ਨੀ ਬਣਾਉਂਦੇ ਹੁੰਦੇ ਉਦੋਂ ਸੋਸ਼ਲ ਮੀਡੀਆ ਤੇ ਨੀ ਹੁੰਦੇ ਸੀ ਅਸੀਂ ਨਾ ਗੁਰੂ ਚਿਕਨ ਕਰਾ ਲਿਆ ਤੇ ਅਸੀਂ ਉਹਨੂੰ ਪੁੱਛੀ ਜਾਈ ਖਾੜਾ ਗੁਰੂਆ ਖਾੜਾ ਕੋਈ ਨੀ ਨਵਾਂ ਨਵਾਂ ਛੱਡਿਆ ਕੋਈ ਨੀ ਇੱਕ ਦਿਨ ਖਾੜਾ ਕੁਛ ਨੀ ਆਇਆ ਗੁਰੂਆ ਉਹਨੇ ਖਾਧਾ ਨਾ ਇਹਨਾਂ ਦੇ ਇੱਕ ਪੀਸ ਰਹਿ ਗਿਆ ਜਦੋਂ ਸਾਰਾ ਚੂਚ ਖਾੜਾ ਚੁੱਕ ਲਿਆ ਰਿਹਾ ਗਿਆ ਤੇ ਕਦੋਂ ਹੱਡ ਭੁੱਲਰ ਨਾ ਹੁੰਦਿਆ ਮੇਰੇ ਹਿਸਾਬ ਨਾਲ ਹੁਣ ਇੱਕ ਪੀਸ ਨੂੰ ਰਹਿ ਗਿਆ ਕੀ ਵਹਿਮ ਦਾ ਕੋਈ ਲਾ ਨਹੀਂ ਤੂੰ ਸ਼ਿਕਰ ਦੀ ਕਾਪੀ ਨਾ ਕਰ ਲੈ ਵੀ ਭੁੱਲਰ ਨੂੰ ਹੀ ਦਿੱਤੀ ਲੀਵਰ ਦੀ ਗੋਲੀ ਕਿ ਚੱਲ ਗਰਮੀ ਗਰਮੀ ਨਾ ਪਊਗੀ ਤੇ ਲੀਵਰ ਕਹਿੰਦਾ ਭੁੱਲਰ ਕਹਿੰਦਾ ਕਿ ਅੱਛਾ ਮੌਸਮ ਬਹੁਤ ਕਹਿੰਦੇ ਸਾਫ਼ ਹੋਇਆ ਪਿਆ ਆ ਯਾਰ ਜਾਣਾ ਕਿਤੇ ਦੱਸੋ ਮੈਨੂੰ ਹੁਣ ਪਬੀਆਰ ਜਾਣਾ ਕਾਲੀ ਵੀਰ ਦੀ ਗੱਲ ਮੰਨ ਲਈ ਐਚ ਕੱਲ ਮੈਂ ਤੇ ਮਹਾਂਵੀਰ ਨੂੰ ਕਿੱਥੇ ਚਲੇ ਜਾਣਾ ਉਹ ਤੁਹਾਨੂੰ ਸਟੋਰੀਆਂ ਜੀ ਦੱਸਾਂਗੇ ਹੈ ਬਾਸ਼ੀ ਮੁੜਨ ਕਰਨ ਲੱਗੇ ਤੁਸੀਂ ਬਾਸ਼ੀ ਹੈ ਉਹ ਤੇਰਾ ਬੜਾ ਹੋ ਜਾਏ ਤੇਰਾ ਮਾਰਕੀਟ ਕਿੱਡੀ ਸੋਹਣੀ ਬਣ ਗਈ ਨਾ ਐਡੀ ਇੱਧਰੋਂ ਆਏ ਆਪਾਂ ਸਾਰੀ ਇਸ ਪਾਸੇ ਜ਼ਿਆਦਾ ਸੋਹਣਾ ਨਹੀਂ ਇੱਧਰ ਜਿਮ ਵਾਲੇ ਪਾਸੇ ਦਾ ਵਿਊ ਘੈਂਟ ਹੀ ਥੋੜ੍ਹਾ ਜਿਹਾ ਕਿਤਨੇ ਕਿਤੇ ਨੀ ਠੀਕ ਆ ਸਮਝ ਗਏ ਲੈ ਵੀ ਮੇਦਰ ਲੜਾ ਲੁੜਾ ਮਾਰ ਕੇ ਕੁਕੜੀ ਪਾ ਟੀਮ ਜਾਂਦੀ ਹੋਈ ਮੌਲ ਨੂੰ ਫਰਨੀਚਰ ਮਾਰਕੀਟ ਪਾਸੇ ਉਧਰ
ਕਿੱਧਰਲੇ ਪਾਸੇ ਗਏ ਨੇ ਹੈ ਇੱਥੇ ਗਏ ਨੇ ਜਦ ਪਿੱਛੇ ਜੱਗ ਨਹੀਂ ਸੀ ਲੱਗੀ ਉਰੇ ਹਾਂ ਤਿੰਨ ਪਾਸੇ ਆ ਖਰਾਂ ਦੇ ਪਾਸੇ ਇਹਨਾਂ ਨੂੰ ਵੀ ਆਉਂਦੀ ਆ ਉਧਰ ਵੀ ਇੱਥੋਂ ਚਲੇ ਗਏ ਇੱਥੇ ਹਨਾ ਕਿੰਨੇ ਤਿੰਨ ਚਾਰ ਪਾਸੇ ਖਿਲਰ ਗਈ ਆ ਜਿੱਥੋਂ ਆਪਾਂ ਰੇਡ ਕਰ ਲਈ ਕਾਮਣਾ ਇਹਨਾਂ ਦੇ ਇੱਕ ਰਾਂ ਫਲੈਟ ਤੇ ਲਾ ਲਈ ਥੋੜੇ ਜਿਹੇ ਥੋੜੇ ਜਿਹੇ ਯਾਦ ਨਹੀਂ ਲਾਉਣੇ ਥੋੜੇ ਜਿਹੇ ਥੋੜੇ ਜਿਹੇ ਵਾਈਫ ਜੀ ਹੁੰਦੇ ਵੀ ਥੋੜੀ ਜਿਹੀ ਫੋਟਾ ਫੋਟਾ ਚੇਂਜ ਕਰ ਲਈਏ ਠੀਕ ਹੈ ਹਾਂ ਕੰਧਾਂ ਕੁੰਧਾਂ ਲੱਗੀਆਂ ਨਹੀਂ ਕੀ ਕਹਿੰਦੇ ਜੀ ਨਹੀਂ ਅੰਦਰਲੇ ਪਾਸੇ ਪੈਰਸ ਨੇ ਆਰਡਰ ਕੀਤੀਆਂ ਲਾਈਆਂ ਨਹੀਂ ਆਪਾਂ ਉੱਧਰ ਪਈਆਂ ਸਾਰੀਆਂ ਸਾਰੀਆਂ ਚੇਂਜ ਕਰਕੇ ਨਾ ਕਰਾਂ ਮੁੰਡੀ ਇੱਧਰ ਦੀ ਉੱਧਰ ਲਾ ਦਾਂਗੇ ਥੋੜੀ ਲੁੱਕ ਚੇਂਜ ਹੋ ਜੂਗੀ ਉਸ ਹਿਸਾਬ ਨਾਲ ਪਹੁੰਚ ਕੇ ਪਾਰਕਿੰਗ ਦੇ ਵਿੱਚ ਤਾਂ ਤੁਹਾਨੂੰ ਮਿਲਦੇ ਹਾਂ ਨੀੜਾ ਕੱਪੜਾ ਆ ਕੇ 100 ਰੁਪਏ ਦੋ ਬੇ 100 ਰੁਪਏ 100 ਰੁਪਏ 100 ਰੁਪਏ ਦੇ ਦੋ ਬਈ ਕਿਤੇ ਕੋ ਕੈਸ਼ ਕਿਤੇ ਕੋ ਮਿੱਤਰ ਬਾਲਾ ਕੁਝ ਲੱਭਿਆ ਨਹੀਂ ਸਰਪੰਚ ਸਾਹਿਬ ਨੂੰ ਸਰਪੰਚ ਸਾਹਿਬ ਨੂੰ ਦੋ ਟੀ ਸ਼ਰਟ ਲੱਭਿਆ ਸਿਰਫ ਗਿਣਤੀ ਮਿੰਤੀ ਆ ਸਰਪੰਚ ਸਾਹਿਬ ਨੂੰ ਕਿਹਾ ਮੈਂ ਚੱਲ ਚਲੀਏ 17 ਉੱਥੋਂ ਕੱਪੜੇ ਦੇ ਦਿਲਾ ਕੇ ਲਿਆਵਾਂ ਇੱਥੇ ਕੁਛ ਨਹੀਂ ਆ ਉਹਦੇ ਨਾਲ ਕਰੋ ਦੋ ਦੋ ਹੱਥ ਹੁਣ ਕੀ ਫਾਇਦਾ ਆ 150 ਵਾਲੀ ਪਾਚੀ ਘਟਾਈ ਦਾ ਫੇਰ ਲੈਣ ਚ ਲੱਗਾ ਹਨਾ ਇਹ ਚੀਜ਼ ਤਾਂ ਵੱਖਰਾ ਚਾਹੀਦਾ ਨਾ ਲੈਣ ਚਾਹੀਦੀ ਹੈ ਨਾ ਹਨਾ ਜੀ ਵੱਖਰੀ ਲੈ ਚਾਹੀਦੀ ਉਹ ਪਰਲੇ ਪਾਸੇ ਵਾਲੀ ਲੈਨ ਨੰਬਰ 1 ਚਾਹੀਦੀ ਨਾ ਦੀ ਲੈਨ ਨੰਬਰ 1 ਪਰਲੇ ਪਾਸੇ ਮੋਟਰਸਾਈਕਲ ਦੀ ਮੇਰੇ ਹਿਸਾਬ ਨਾਲ ਓਏ ਭਾਈ ਚਲੀਏ ਇੱਧਰ ਲੱਗਦਾ ਵੀਰ ਹੋਣਾ ਦੀ ਓਮਫ ਹੋ ਗਈ ਜੀ ਇਹ ਰੌਂਗ ਸਾਈਡ ਆਉਂਦੇ ਓਮਫ ਨਾਲ ਹੀ ਫੋੜੋ ਹੈਂ ਕਰੀਏ ਆਪਾਂ ਜਾਣਾ 17 ਆਪਾਂ ਪੁਲਿਸ ਨੇ ਕਰਕੇ ਪੜਾਰੀ ਪੁਲਿਸ ਨਹੀਂ ਆਉਂਦੀ ਰਜੀਦੇ ਬਸਣੀ ਹੋ ਗਈ ਨਾ ਬਸ ਬਸ ਉਹਦੀ ਬਾਹਰਲੇ ਬਾਹਰੋਂ ਬਾਹਰ ਆਪਣੇ ਸ਼ਹਿਰੇ ਚੌਥਣੀ ਕਾਸ ਕਾਜ ਦੇ ਵਿੱਚ ਦੀ ਰਾਹ ਵੀ ਗਾਦਾ ਓਕੇ ਭਜੀਓ ਉਹਦੀ ਸਿੱਧਾ ਜਾ ਕੇ ਗਾਟਰ ਗਲੀ ਨਹੀਂ ਪਾਸ ਸਿੱਧਾ 17 ਜਾ ਕੇ ਸਿੱਧਾ 17 ਪਾਸ ਆਹੀ ਰਸਤਾ ਕਹਿੰਦਾ ਐਉਂ ਰਸਤਾ ਮੈਂ ਅੱਗੇ ਸੋਚਿਆ ਨਾ ਮੈਂ ਆ ਰਾਹ ਸਹੀ ਰਹਿਣਾ ਹੈ ਤੂੰ ਮਾਰਾ ਝੂਟ ਨੇ ਤੂੰ ਦੰਦਲ ਪੈ ਗਈ ਦੰਦਲ ਪੈ ਗਈ ਓਪੋ ਸਹੀ ਗੱਲ ਹੈ ਮੁਸ਼ਕ ਆਉਣਾ ਕੁੜੀ ਸੱਜੀਆਂ ਦਾ ਆ ਗਿਆ ਫੋਨ ਹੈ ਸੱਜੀਆਂ ਨੂੰ ਭੁੱਲ ਚਿਰਦੇ ਆਉਣਾ ਹੀ ਪੱਪੂ ਦੰਦਲ ਪੈ ਗਈ ਤੈਨੂੰ ਸਾਲਿਆ ਸੁੱਤਾ ਡੱਡ ਕੇ ਮਿੱਤਰਾ ਚੰਡੀਗੜ੍ਹ ਦੀ ਸੜਕਾਂ ਦੇ ਫਿਰਦੇ ਹੋਏ ਚੋਪਰ ਕਹਿੰਦੇ ਕਾਹਨੂੰ ਗੱਲਾਂ ਕਰਾ ਰਹੇ ਨੇ ਤੇ ਬਹੁਤ ਮਜ਼ੇ ਆ ਰਹੇ ਨੇ ਕਿਉਂਕਿ ਮੌਸਮ ਹੋਇਆ ਪਿਆ ਵਾ ਤੇ ਬਾਬਾ ਸੁੱਖ ਰੱਖੇ 6 ਵਜੇ ਮਤਲਬ 6 ਵਜ ਗਏ ਤੇ ਆਪਾਂ 8 ਵਜੇ ਜਿਮ ਚ ਪਹੁੰਚਣਾ ਉਹ ਟੈਂਪੂ ਤੇਰੀ ਮੇਲਾ ਪਿੱਛੇ ਨੀ ਵੇਖਿਆ ਇਹਨੇ ਹੈ ਗਾੜੀ ਵਿੱਚ ਵੀ ਮੰਨਿਆ ਇਹ ਗਲਤ ਗੱਲ ਹੀ ਮੰਨਾ ਤੇ ਗੋਰੀ ਕੱਠੇ ਹੀ ਗੋਰੀ ਗਾੜੀ ਜਾਣ ਡਿਆ ਮੱਡੀ ਡਿੱਗੀ ਵਾਲਾ ਤੇਰਾ ਭਲਾ ਜਿੱਥੇ ਉਹ ਲੰਘ ਕੇ ਗੋਲੀ ਨੂੰ ਗਿਆ ਮਿੱਤਰਾ ਕਹਿੰਦੇ ਪ੍ਰੋਪਰ 17 ਵਾਲੀ ਮਾਰਕੀਟ ਜਾਏ ਗੁਰੀ ਵੀਰ ਉਹ ਸਾਹਮਣੇ ਮਾਰਕੀਟ 17 ਵਾਲੀ ਲੈ ਵੀ ਯਾਰ ਵੇਲਾ ਜਿੱਦਾਂ ਮਰਜ਼ੀ ਕਹਿ ਗੱਲਬਾਤ ਹੈਗੀ ਆ ਹੈ ਚੰਡੀਗੜ੍ਹ ਚੰਡੀਗੜ੍ਹ ਹੀ ਆ ਤੇ
ਕਰਨੂ ਗੱਲਾਂ ਲਾਈਆਂ ਇਹ ਪੁਰਾਣੇ ਪਾਪੜਾਂ ਦੇ ਕੰਮ ਆ ਸੜਕਾਂ ਸੜਕਾਂ ਬਣਾ ਕੇ ਨੀ ਤੈਨੂੰ ਪਤਾ ਹੀ ਕਹੀ ਹੈ ਉਹਨਾਂ ਦੇ ਕੰਮ ਆ ਕਰਾ ਕੇ ਸਾਰਾ ਕੁਝ ਮਾਰਕੀਟ ਮੁਰਕੇ 17 ਵਾਲੀ ਬਣਾ ਕੇ ਆ ਚਲੋ ਬਾਬੇ ਕਿਰਪਾ ਕਰਾਇਆ ਆਉਂਦਾ ਵਧੀਆ ਬੁੱਲੇ ਲੁੱਟਣ ਡੇ ਆਪਾਂ ਉਹਦੀ ਉਹ ਹੋ ਗਿਆ ਕੰਮ ਬੈਰੀਗੇਟ ਦਿੱਤਾ ਹੀ ਲਾ ਉਹਨੇ ਹੁਣ ਲੱਗ ਗਿਆ ਵਾ ਢਲੋ ਨੀ ਆ ਗਏ ਪਰ ਇਹ ਨੀ ਪਤਾ ਕਿ ਮਾਰਕੀਟ ਹੀ ਆਪਣੀ ਗਰੂ ਆ ਬੈਰੀਗੇਟ ਪਾਸੇ ਕਰਨਾ ਆਪਣਾ ਨਾ ਪਾਸੇ ਕਰਾਂਗੇ ਤੇ ਫਿਰ ਭਰਾਵਾ ਤੈਨੂੰ ਪਤਾ ਹੀ ਆ ਫਿਰ ਦੂਜੀ ਪਾਸੇ ਨਹੀਂ ਆ ਜਾਂਗੇ ਨਹੀਂ ਨਹੀਂ 14 ਕਰ ਲੈਣੀ ਆਪਾਂ ਪਰ ਇਹ ਗਲਤ ਗੱਲ ਨੀ ਉਸਤਾਦ ਜੀ 15 ਕਰ ਲਿਆ ਕਰੋ ਹਾਂ ਕੀ ਚੱਕਰ ਕੀ ਗੱਲ ਕੀ ਆ ਇਹ ਸਰਕਾਰ ਨੂੰ ਬੇਨਤੀ ਹੱਥ ਬਣ ਕੇ 14 ਦੀ ਬਜਾਏ 15 ਕਰ ਦੋ 15 ਦੀ ਬਜਾਏ 20 ਕਰ ਦੋ ਬਾਈ 12 ਦਿਨ ਨੂੰ ਕੰਮ 14 ਮੁੰਡੇ ਕਹਿੰਦੇ ਸਤਾਰਾਂ ਸਾਈਟਾਂ ਸੋਪੀਆਂ ਸੂਪੀਆਂ ਕਰਕੇ ਕਹਿੰਦੇ ਹੁਣ ਵਾਹ ਨੀ ਹੈਗੀ ਹਜੇ ਗਾਂਹ ਜਾਣ ਦਾ ਇਹਨਾਂ ਦਾ ਹੈਗਾ ਇਹ ਪਲੈਨ ਕਿ ਥੋੜਾ ਜਿਹਾ ਅੱਗੇ ਜਾਇਆ ਜਾਵੇ ਪਰ ਨਹੀਂ ਜਾਇਆ ਗਿਆ ਕਹਿੰਦੇ ਚਲੋ ਕੋਈ ਗੱਲ ਨੀ ਸੋ ਕੇ ਸਵੇਰੇ ਸਹੀ ਸਵੇਰੇ ਕਹਿੰਦੇ ਬੰਦੇ ਲਾਂਟੇ ਜਾਣਗੇ ਸਵੇਰੇ ਪਾਰਟ ਹੋਊਗਾ ਬਾਕੀ ਦਾ ਜਿਹੜਾ ਮਾਹੌਲ ਚਾਹ ਲਾਂਟੇ ਆਉਂਦੇ ਕੋਈ ਨੀ ਆ ਚਲੋ ਚਲੀਏ ਚਲੋ 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 ਬਈ ਆਜੋ 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 ਬੈਠੋ ਬੈਠਣ ਦੀ ਕਰੋ ਕੋਸ਼ਿਸ਼ ਗੁਰਵੀਰ ਲੈ ਜਾ ਗੁਰੂ ਆਹ ਸ਼ੋਪਿੰਗ ਜੀ ਕਰਦੇ ਉਹ ਹੀ ਥੱਕ ਜਿੱਦਾਂ ਕੀਤਾ ਕੁਛ ਨੀ ਦੋ ਦਿਨ ਸ਼ੋਰੂਮ ਘੁੰਮੇ ਤੇ ਗੁਰੂ ਐਂ ਥੱਕ ਗਏ ਇਹ ਤਾਂ ਚਾਹੀਦਾ ਕਿ ਤੁਹਾਨੂੰ ਸਭ ਕੁਝ ਮਿਲ ਜੇ ਫਿਰ ਗੱਲ ਬਣਦੀ ਉਹ ਤੁਰ ਤੁਰ ਕੇ ਥੱਕ ਜਾਈਦਾ ਗੁਰੂ ਪਤਾ ਨੀ ਕਿੱਦਾਂ ਦੀ ਥਕਾਵਟ ਹੁੰਦੀ ਆ ਗੰਦੀ ਥਕਾਵਟ ਹੁੰਦੀ ਜੈਪਰਾ ਕਰੋਸਿੰਗ ਤੋਂ ਕੰਮ ਲੰਘ ਗਿਆ ਉਹ ਮੱਛੀ ਚੌਲ ਗੈਂਗ ਲੰਘ ਗਈ ਉਹ ਬਈ ਗੁਰਵੀਰ ਗੱਲ ਸੁਣਾ ਦੇ ਕਰਾ ਮੇਰੀ ਨਹੀਂ ਕਰਾ ਸੁਣਾ ਤੈਨੂੰ ਆਟਾ ਪਾਟਾ ਨਾ ਸੁਣਾ ਗੁਰਵੀਰ ਬੋਲਣੀ ਪੈਣੀ ਹੈ ਤੁਹਾਨੂੰ ਨਹੀਂ ਬੋਲਣੀ ਪੈਣੀ ਦੱਸ ਕਿੱਦਾਂ ਕੀ ਕੁੱਤਾ ਚੌਲ ਪੱਟ ਕੀ ਕਹਿ ਗਿਆ ਸੀ ਦੱਸੀ ਮਾੜਾ ਜਿਹਾ ਦੱਸੀ ਫਿਰ ਮੈਂ ਤੈਨੂੰ ਗੱਲ ਸਾਰੀ ਕੰਨੇ ਵਰਗੇ ਪੱਟ ਮੈਂ ਗੱਭਰੂ ਦੇ ਹਾਂ ਮੈਂ ਗੱਭਰੂ ਦੇਸ਼ ਪੰਜਾਬ ਗੱਭਰੂ ਦਾ ਯਾਰ ਉਹ ਗੱਲ ਸੁਣੀ ਆ ਤੁਸੀਂ ਗੱਭਰੂ ਦੇ ਆਈ ਨਹੀਂ ਉਹਦਾ ਗੱਲ ਹੀ ਕੱਟਤੀ ਪਿਆ ਦੱਸੀ ਗੁਰੂ ਜੀ ਕਿੱਦਾਂ ਸੀ ਕਹਿੰਦਾ ਮੈਂ ਕੰਨੇ ਵਰਗੇ ਪੱਟ ਗਲੀ ਜੀ ਕੁੱਤਾ ਭੌਂਕਦਾ ਟੱਟੀ ਨਿਕਲੀ ਚੱਟ ਹਾਏ 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 ਉਹ ਵਾਲੀ ਭੁੱਲਦਾ ਹੈ ਇਹ ਭੁੱਲਦਾ ਵਾਲੀ ਭੁੱਲਰੀ ਕੁੜੀ ਆ ਵੀ ਭੁੱਲੀਆਂ ਵੀ ਤੇਰੀ ਭੁੱਲੀਆਂ 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 ਉਹ ਪੈ ਅਸੇ ਦੇ ਵਿੱਚ ਨਾ ਅੰਦਰ ਨਾ ਬੰਦਾ ਕੋਈ ਮਸਰ ਦਾ ਵੇਖਿਆ ਤਾਂ ਮਸਰ ਦਾ ਵੇਖਿਆ ਸੀ ਹੈ ਗੁਰੂਆ ਤੋਰ ਹੀ ਚੇਂਜ ਹੋ ਗਈ ਗੁਰੂਆ ਤੋਰ ਹੀ ਕੁੜੀ ਲੱਕੜ ਦੀ ਫ੍ਰੈਂਚ ਫਰਾਈ ਬੈਂਚ ਫਰਾਈ ਫ੍ਰੈਂਚ ਫਰਾਈ ਫ੍ਰੈਂਚ ਫਰਾਈ ਜਿਹੜੇ ਕਹਿਣ ਤੇ ਰਹਿੰਦੀ ਹੁੰਦੀ ਆ ਜਦੋਂ ਸਾਰੀ ਫ੍ਰੈਂਚ ਫਰਾਈ ਖਾਈ ਨੀ ਪਿੱਛੇ ਚੂਣ ਮੁੰਜ ਨੀ ਰਹਿੰਦੀ ਹੁੰਦੀ ਪਿੱਛੇ ਉਹ ਜਦੋਂ ਆਪਾਂ ਰਾਤ ਨੂੰ ਖਾਧੀ ਤੈਨੂੰ ਖਾਊਗਾ ਮੈਂ ਉਹ ਐਡਮ ਹੋਰ ਬਤ ਕੀ ਆਲਿਆ ਲੱਖੇ ਹੋਣੀ ਆ ਬੱਲੇ ਤੇਰੇ ਸਮਾਇਲ ਬੈ ਤੇਰਾ ਬੜਾ ਜੇ ਟੋਇਟਾ ਦੇ ਆਏ ਟੋਇਟਾ 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 ਤੇਜ਼ ਬੋਲ ਕੇ ਖਾਓ ਕੋਈ ਜਿਹੜਾ ਗੁਰੂ ਵੀ ਤੇਜ਼ ਬੋਲ ਨਾ ਮੈਂ ਪੰਜ ਤੇਜ਼ ਬੋਲ ਨਹੀਂ ਮੇਰੀ ਜਵਾਨ ਬਲਕਾ ਜਾਣੀ ਟੋਇਟਾ ਤੇਜ਼ ਬੋਲਦੇ ਪੰਜ ਨਾ ਟੋਇਟਾ 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 ਪੂਰਾ ਬੋਲ ਨਾ ਟੋਇਟਾ 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 ਦਿਨ ਨਾਲ ਬੋਲਿਆ ਚੰਗੀ ਤਰ੍ਹਾਂ ਬੋਲਣਾ ਮੂੰਹ ਭਰ ਗਿਆ ਵੇ ਬਾਰੀ ਖੁੱਲ੍ਹ ਕੁੜੀ ਕਿਤੇ ਫਸਿਆ ਪਿਆ ਟੋਏ ਨੰਘ ਆ ਗਿਆ ਟਾਟ ਆ ਗਿਆ ਟਾਟ ਆ ਗਿਆ
ਪੁਲਰੀ ਡਰ ਗਈ ਪੁਲਰੀ ਖਰਾਬ ਹੋ ਜਾਣਾ ਦੱਸਿਆ ਕਿ ਲੱਛਣ ਫੜੇ ਫਿਰਦੇ ਤੁਸੀਂ ਹੈ ਪਿਆਰ ਇਹੋ ਜਿਹਾ ਨੀ ਚਾਹੀਦਾ ਇਹ ਪਿਆਰ ਹੋਰ ਕਿਤੇ ਵਿਖਾਓ ਆਪਣੇ ਬੰਦੇ ਨੂੰ ਆਪਣੇ ਬੰਦੇ ਦੇ ਨਾਂ ਵਿਖਾਇਆ ਜਾਵੇ ਤੇ ਬਹੁਤ ਜ਼ਿਆਦਾ ਮਿਹਰਬਾਨੀ ਹੋਊਗੀ ਹੈ ਆਪਣੇ ਬੰਦੇ ਲੱਤਾਂ ਤੂੰ ਤੁਰਨਗੇ ਫਾਇਦਾ ਕੋਈ ਨੀ ਰੋਂਗ ਸਾਈਡ ਮੈਂ ਰੋਂਗ ਸਾਈਡ ਹੈ ਆਈਨਾ ਓਹੋ ਫਰਾਈਜ਼ ਥੋੜੀ ਵਧੀਆ ਵਾਲੀਆਂ ਜਿਹੜੀ ਪਹਿਲਾਂ ਆਉਂਦੀ ਉਹ ਫਰਾਈ ਸੀ ਆਜੋ ਵੇਖੋ ਅੰਦਰ ਜਾ ਕੇ ਵੇਖੀਏ ਕੀ ਮਾਹੌਲ ਆ ਹੈ ਚੱਲ ਵੇ ਇੱਧਰ ਆਵੇ ਕਾਫੀ ਪਿਆਵੇ ਉਹ ਤੋਂ ਬਾਅਦ ਲਾਵੇ ਚੱਲ ਵੇ ਕਿੰਨਾ 40 ਗ੍ਰਾਮ 40 ਐਮਐਲ ਭਾਈ ਗੱਲ ਸੁਣੋ ਆ ਭਾਜੀ ਲੱਡੂ ਖਾਣੇ ਕਿ ਨਹੀਂ ਦੇਖੋ ਪੀ ਵਾਲਾ ਕਿਦਾਂ ਨਿਕਲਦਾ ਏ ਉਸ ਤੋਂ ਬਾਅਦ ਕਰਾਉਂਗਾ ਮੈਂ ਕੋਈ ਨਾਲ ਮਿੱਠੀ ਚੀਜ਼ ਕਰਾਉਣੀ ਗੁਰੀ ਵੀਰ ਬਣਾ ਯਾਰ ਜਿਮ ਕਰ ਲਈ ਓਕੇ ਰਿਪੋਰਟ ਤੇ ਗੱਲ ਕਰਦੀ ਅੱਜ ਬੰਦੇ ਕਹਿੰਦੇ ਰੈਸਟ ਮਾਰੀ ਜਾ ਕੇ ਮਿੰਟੋ ਮਿੰਟ ਸੋਈਏ ਹਨਾ ਦੋ ਤਿੰਨ ਭੱਜੇ ਫਿਰਨ ਡੇ ਆਰਡਰ ਕਰ ਲਈ ਕੁਝ ਖਾਣਾ ਦੇ ਚੂਰੀ ਖਾ ਲਈ ਹੋ ਗਈ ਥੋੜੀ ਖਾਣਾਂਗੇ ਸਰਪੰਚ ਕਹਿੰਦੇ ਚੂਰੀ ਖਾਈ ਕੱਲ੍ਹ ਐਤਵਾਰ ਆ ਪਰ ਕੱਲ੍ਹ ਆਪਣਾ ਚੀਟ ਮੀਲ ਨਹੀਂ ਚੱਲਣਾ ਕਿਉਂਕਿ ਆਪਾਂ ਕੱਲ੍ਹ ਪੱਟ ਲਾਉਣੇ ਅੱਜ ਆਪਾਂ ਲਾਏ ਨੇ ਅੱਜ ਆਪਾਂ ਲਾਇਆ ਸਿੰਗਲ ਮਸਲੀ ਇਹ ਜਿਹੜੇ ਬੰਦੇ ਕਹਿੰਦੇ ਨਹੀਂ ਖਾਣੀ ਇੱਕ ਅੱਧੀ ਬੁਰਕੀ ਖਾਧੀ ਜਾਣੀ ਏ ਇੱਕ ਅੱਧੀ ਪਾਸਪੋਰਟ ਕੋਲ ਚੜ ਦਿੰਦੇ ਆ ਦਿੱਲੀ ਦਿੱਲੀ ਵੀ ਲੱਗੇ ਇਥੋਂ ਹੈ ਤਿੰਨਾ ਘੰਟੇ ਲਾ ਦੇਣੇ ਏਅਰਪੋਰਟ ਤੇ ਟਿਕਟ ਕਰਾ ਦੇਣੇ ਤਤਕਾਲ ਦੇ ਵਿੱਚ ਦੱਸ ਕਰਾਉਣੀ ਕੱਪੜੇ ਤੈਨੂੰ ਲੈਤੇ ਅੱਜ ਨਾ ਨਾ ਕੱਪੜੇ ਲੈ ਤੈਨੂੰ ਅੱਜ ਬਾਕੀ ਇਹੋ ਜਿਹੇ ਕੀ ਗੱਲ ਇਹ ਤਾਂ ਪੋਡਕਾਸਟ ਪਰ ਲੱਗੂ ਕੀ ਆ ਪੋਡਕਾਸਟ ਨਹੀਂ ਖੋਲਦੇ ਮੇਰਾ ਬਰ ਖੋਲਦੇ
ਓਮਫੋ ਯਾਰ ਗੱਡੀ 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 ਰੂਬੀ ਕਨ ਚਾਬੀ ਹੈਗੀ ਭਲਾ ਵਿੱਚ ਮੈਂ ਗੱਡੀ ਵੀ ਥੱਲੇ ਲਾ ਦਿੰਦੇ ਤਾਂ ਪੁੱਛਣ ਡਿਆ ਮੈਂ ਪਰ ਗਾੜੀ ਸਕੂਟਰੀ ਲਾ ਦਿੱਤੀ ਉਹ ਉੱਪਰ ਹੀ ਜਾਣਾ ਪੜੇਗਾ ਉੱਪਰ ਕੋਈ ਚਲੋ ਜੀ ਓਮਫੋ ਯਾਰ ਨਾਲ ਹੋਰ ਵੀ ਕੋਈ ਆਰਡਰ ਕਰ ਲਈ ਡਾਈਟ ਕਿ ਪ੍ਰੋਟੀਨ ਪੀ ਕੇ ਸੌਂ ਜੀ ਨਾਲ ਬਾਕੀ ਕਾਰਨ ਬੜੇ ਬਣ ਸਕਦੇ ਆ ਸ਼ੱਕੀ ਤੇ ਵੀ ਕਹਿ ਸਕਦੇ ਕਿ ਉਧਰਲੇ ਪਾਸੇ ਕੋਈ ਸੱਜਣ ਹੋ ਸਕਦਾ ਇਹਨੇ ਵੇਖਣ ਗਏ ਕਾਰਨ ਬੜੇ ਬਣ ਸਕਦੇ ਆ ਗਲਤ ਨੀ ਉਹ ਯਾਰ ਸੋਚ ਸੋਚ ਦੀ ਗੱਲ ਹੈ ਨਾ ਹੁਣ ਕਹਿਣ ਵਾਲਿਆਂ ਨੇ ਵੀ ਕਹਿਣਾ ਕਿ ਉਹ ਪਾਸੇ ਕੋਈ ਨਾ ਕੋਈ ਹੋਣਾ ਵਾ ਕੋਈ ਸੱਜਣ ਮਿੱਤਰ ਜਿਹਨੂੰ ਵੇਖਣ ਜਾਂਦੇ ਆ ਸੱਜਣ ਵੇਖ ਲੋ ਗੈਸਟ ਚੱਲ ਜਾਣ ਡੇ ਉੱਥੇ ਸੱਚੀ ਸਾਲੇ ਵੇਖੋਗੇ ਉਹ ਤੁਹਾਡਾ ਫਲਾ ਹੋ ਜੇ ਸਾਡਾ ਕਿਆ ਹੀ ਨਾ ਉਹਨੇ ਆਂਦਾ ਇੱਕ ਵਿਸ਼ ਪੂਰੀ ਹੋ ਗਈ ਤੁਹਾਡੀ ਕੰਡੀ ਉਹਦੇ ਲੱਗ ਗਈ ਨੇ ਉਹਨੇ ਜਿਹਨੂੰ ਨਹੀਂ ਯਾਰ ਉਹਨੇ ਉਹ ਵਿਸ਼ ਹੋਈ ਨਹੀਂ ਮੈਂ ਪਰ ਉਹਨੇ ਜਦੋਂ ਇਹ ਗੱਲ ਕਹੀ ਸੀ ਨਾ ਜਦੋਂ ਆਪਾਂ ਉਹਨੂੰ ਮੇਰੇ ਮਨ ਚ ਕੋਈ ਗੱਲ ਆਈ ਮੈਂ ਮਾਲਕ ਭਲਾ ਕਰੀ ਸਾਰਿਆਂ ਦਾ ਮਤਲਬ ਕਿ ਉਹਦੀ ਹਾਲਾਤ ਵੇਖ ਕੇ ਜੀ ਮਨ ਚ ਨਿਕਲ ਗਈ ਪਰ ਆ ਵੇਖ ਲਓ ਤੁਹਾਨੂੰ ਥੋੜਾ ਪਤਾ ਸੀ ਵੀ ਆਹ ਦੂਜਾ ਹੈ ਮਿੱਠਾ ਭੁੱਲਰ ਇੱਥੇ ਸਾਰੇ ਆਪਾਂ ਢਾਈਆਂ ਲਾਉਣਾ ਇੱਕ ਪਾਸੇ ਮੈਂ ਥਾਰ ਲਾ ਦੇਣਾ ਨਾ ਇੱਕ ਪਾਸੇ ਮੈਂ ਡੈਵਰ ਲਾ ਦੇਣੀ ਬੂਜੜ ਦੇ ਚਲੀਏ ਫਿਰ ਫਿਰਦੇ ਵੇਖਲਾ ਕੰਮ ਚੂਹੇ ਡਾਏ ਬੜੇ ਆਪਣਾ ਗੁਰੀ ਨੀ ਲੜਾ ਸਾਡਾ ਬੜਾ ਕੁੱਤੇ ਦਾ ਵਿਆਹ ਹੁੰਦਾ ਚੂਹੇ ਨਾਲ ਗੁਰੂਆ ਬੜੇ ਭੜਕਾਉਂਦੇ ਨੇ ਨਹੀਂ ਗੁਰੂਆ ਬੜੇ ਸਵੇਰੇ ਸਫਾਈ ਕਰਦੇ ਉੱਠ ਕੇ ਫਿਰ ਵੇਹਨੇ ਲੋਕ ਕਰ ਦੋ ਗੱਡੀ ਤੇ ਆ ਜਾਓ ਮੇਰੇ ਵੀਰ ਆ ਜਾਓ ਚਾਬੀ ਬਹੁ ਮੇਰੇ ਕੋਲ ਨੀ ਭੁੱਲਰ ਕੋਈ ਭੁੱਲਰ ਨੇ ਇੱਥੇ ਚਾਬੀ ਫੜੀ ਪੁੱਛ ਨੀ ਲੋਕ ਖੋਲਿਆ ਚਾਬੀ ਇਹਦੇ ਕੋਈ ਨੀ ਲੋਕ ਖੋਲਿਆ ਫਲੈਟ ਦੀ ਕਿਹਦੇ ਕੋਲ ਫਲੈਟ ਦੀ ਉਹਦੇ ਕੋਈ ਆ ਫਲੈਟ ਦੀ ਉਹਦੇ ਕੋਲ ਹੀ ਆ ਆ ਜਾ ਜਿਹੜੇ ਬੰਨੀ ਵਾਲੇ ਦੇ ਮੂਹ ਆ ਤੁਸੀਂ ਦੋਵੇਂ ਨੀ ਭੁੱਲ ਸਕਦੇ ਨਾ ਜਿਹੜੇ ਬੰਨੀ ਵਾਲੇ ਮੂਹ ਆ ਬੰਨੀ ਵਾਲੇ ਮੂਹ ਨੀ ਭੁੱਲ ਸਕਦੇ ਦੋਵਾਂ ਦੀ ਭਾਰੀ ਪੈ ਗਈ ਦੋਵਾਂ ਦੀ ਅੱਜ ਇਸ ਬੰਦੇ ਖੋਜ ਥੋੜਾ ਲਿਫਾਫੇ ਭਰੇ ਪਏ ਆਪਣੇ ਗੱਲਾਂ ਆਈਆਂ ਪਈਆਂ
ਮੈਨੂੰ ਫਲੈਟ ਇਦਾਂ ਸਾਫ ਚਾਹੀਦਾ ਮੈਂ ਤੁਹਾਨੂੰ ਦੱਸ ਨੀ ਸਕਦਾ ਮਿੱਤਰੋ ਫਿਰ ਮਿਲਦੇ ਆ ਕੱਲ ਨਵੇਂ ਵਲੌਗ ਦੇ ਨਾਲ। ਪਰ ਮੈਂ ਗਿਆ ਦੇ ਜਾਂਦੇ ਕਮੈਂਟ ਪੜ੍ਹ ਦਿੰਦਾ, ਅੱਜ ਵੀ ਮੈਂ ਇੱਦਾਂ ਕੁਛ ਕਮੈਂਟ ਪੜ੍ਹਨ ਦਿਆ ਸੀ। ਕਹਿੰਦੇ ਵਿੱਕੀ ਨੇ ਬੜੀ ਹੱਥ ਕਰਾਈ, ਵਿੱਕੀ ਦੇ ਬਹੁਤ ਕਮੈਂਟ ਆਏ ਹੈ। ਗੱਲ ਕਹਦੀ ਹੈ ਕਿ ਜਾਣ ਮੇਰੀ ਜਿਹੜੀ ਆ ਟਾਈਮ ਲੰਘ ਗਿਆ ਕਦੀ ਵਾਪਸ ਨਹੀਂ ਆਉਣਾ, ਜਿਹੜੀ ਚੀਜ਼ਾਂ ਪਿਛਲੇ ਸਾਲ ਕਰ ਲਈਆਂ ਉਹ ਐਰਚ ਨਹੀਂ ਹੋਣੀਆਂ, ਜਿਹੜੀਆਂ ਐਰਚੀ ਕਰ ਲਈਆਂ ਉਹ ਅਗਲੇ ਸਾਲ ਨਹੀਂ ਹੋਣੀਆਂ, ਹੈ ਨਾ। ਉਹ ਆਉਂਦੇ ਹੁੰਦੇ ਨਾ ਕਿ ਜਿਹੜਾ ਟਾਈਮ ਲੰਘ ਗਿਆ ਕਦੀ ਵਾਪਸ ਨਹੀਂ ਆਉਂਦਾ, ਉਹੋ ਹੀ ਗੱਲ ਆ। ਅਤੇ ਇੱਕ ਸੱਜਣ ਦਾ ਹੋਰ ਕਮੈਂਟ ਆਇਆ, ਕਹਿੰਦਾ ਸ਼ੋਅ ਆਫ ਥੋੜ੍ਹਾ ਜ਼ਿਆਦਾ ਨਹੀਂ ਹੋ ਗਿਆ, ਚਾਰ ਪੈਸੇ ਇਹਦੇ ਸਾਂਭ ਲਓ। ਕਿਹੜੇ ਸ਼ੋਅ ਆਫ ਦੀ ਗੱਲ ਕਰਦੇ ਜਾਣ ਮੇਰੀ, ਕਿਹੜੇ ਪੈਸਿਆਂ ਦੀ ਗੱਲ ਕਰਦੇ ਜੀ, ਕਹਿੰਦਾ ਕਿ ਗਰੀਬ ਨੂੰ ਦੇ ਦਿਉ, ਕਿਹੜੀ ਗਰੀਬੀ ਦੀ ਗੱਲ ਕਰਦੇ ਜੀ, ਹੈ ਨਾ। ਆਪਾਂ ਤਾਂ ਜਿੱਦਾਂ ਦੇ ਹਾਲਾਤ ਆ ਉੱਦਾਂ ਹੀ ਰਹਿ ਲਈਦਾ ਵਾ, ਹੈ ਨਾ। ਇਹ 'ਚ ਪੈਸਿਆਂ ਲਈ ਕਿਹੜੀ ਗੱਲ ਹੈ, ਗੱਡੀ ਘਰੇ ਆਈ ਕੱਦੂ 'ਚ ਵੜ ਲਈ, ਕੀ ਕਹਿੰਦੇ ਜੀ ਹੈ। ਕਹਿੰਦਾ ਫਿਊਚਰ 'ਚ ਕੰਮ ਆਉਣਾ, ਕਿਹੜੇ ਫਿਊਚਰ ਦੀ ਗੱਲ ਕਰਦੇ ਜੀ, ਫਿਊਚਰ ਬਣਾਉਣ ਦੇ ਚੱਕਰ ਦੇ ਵਿੱਚ ਤੁਸੀਂ ਜਿਹੜਾ ਅੱਜ ਦਾ ਟਾਈਮ ਹੁੰਦਾ ਉਹਨੂੰ ਵੀ ਖਰਾਬ ਕਰ ਲੈਂਦੇ ਜੀ। ਤਾਂ ਕਰਕੇ ਆਪਾਂ ਬਾਹਲਾ ਅੱਗੇ ਦਾ ਨਹੀਂ ਸੋਚੀਦਾ, ਜਿਹੜੀ ਚੀਜ਼ ਕੋਲ ਹੈਗੀ ਆ ਜਿੱਦਾਂ ਦੇ ਹਾਲਾਤ ਹੈਗੇ ਉੱਦਾਂ ਦੇ ਹਾਲਾਤਾਂ 'ਚ ਟਲ ਕੇ ਲਾਈਫ ਨੂੰ ਇੰਜੋਏ ਕਰੀਦਾ ਆ, ਠੀਕ ਹੈ। ਫਿਊਚਰ 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 ਕਰਦੇ ਕਰਦੇ ਲੋਕ ਜਿਹੜਾ ਟਾਈਮ ਆਪਣਾ ਚੱਲਣ ਡਿਆ ਹੁੰਦਾ ਉਹਦੀ ਵੀ ਧੀ ਭੈਣ ਕੱਢ ਲੈਂਦੇ ਆ, ਹੈ ਨਾ, ਉਹਨੂੰ ਖਰਾਬ ਕਰ ਲੈਂਦੇ ਆ, ਹੈ ਨਾ। ਕਿਹੜੇ ਫਿਊਚਰ ਦੀ ਗੱਲ ਕਰਦੇ, ਅਗਲਾ ਟਾਈਮ ਕਿਸੇ ਨੇ ਵੇਖਿਆ, ਇੱਥੇ ਤਾਂ ਇੱਕ ਸਕਿੰਟ ਤਾਂ ਨਹੀਂ ਪਤਾ ਮੈਂ ਤੁਹਾਡੇ ਨਾਲ ਗੱਲ ਕਰਨ ਡਿਆ ਕਿ ਮੈਨੂੰ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਹੈ ਨਾ। ਤਾਂ ਕਰਕੇ ਲਾਈਫ ਨੂੰ ਇੰਜੋਏ ਕਰੋ, ਬੜੀ ਸੋਹਣੀ ਜ਼ਿੰਦਗੀ ਰੱਬ ਨੇ ਦਿੱਤੀ ਹੈ, ਕਿਸੇ ਦਾ ਮਾੜਾ ਨਾ ਕਰੋ। ਜਿੱਦਾਂ ਦੀ ਹੁਣ ਸਾਡੇ ਅਸੀਂ ਜੋ ਚੀਜ਼ਾਂ ਸਾਡੇ ਕੋਲ ਸਾਡੇ ਸੱਜਣ ਮਿੱਤਰ ਗੱਡੀਆਂ ਕਾਰਾਂ ਜੋ ਚੀਜ਼ਾਂ ਹੈਗੀਆਂ ਉਹ ਉਹ ਜਿੰਨੇ ਕੁ ਸਾਡੇ ਕੋਲ ਜਿੰਨੇ ਕੁ ਸੋਰਸ ਹੈਗੇ ਉਹਨਾਂ ਦੇ ਵਿੱਚ ਅਸੀਂ ਇੰਜੋਏ ਕਰਨ ਡੇ, ਹੈ ਨਾ। ਹੋਰ ਰੱਬ ਦੇ ਦੂਗਾ ਤਾਂ ਵੀ ਠੀਕ ਹੈ, ਜੇ ਵੀ ਖੋਲੂਗਾ ਤਾਂ ਵੀ ਠੀਕ ਆ, ਉਹ ਆਨੰਦ ਲੈਣ ਡੇ, ਹੈ ਨਾ। ਕਿਸੇ ਨੂੰ ਕੋਈ ਮਾੜੀ ਚੰਗੀ ਨਹੀਂ ਆਉਂਦੇ, ਹੈ ਨਾ। ਤਾਂ ਕਰਕੇ ਆ ਕਿ ਆਨੰਦ ਲੈ ਕਰੋ ਜ਼ਿੰਦਗੀ ਦੇ। ਅਤੇ ਬਾਕੀ ਮਿਲਦੇ ਆ ਮੇਰੀ ਜਾਣ ਕੱਲ੍ਹ ਨੂੰ ਨਵੇਂ ਵਲੌਗ ਦੇ ਨਾਲ। ਅਤੇ ਕਮੈਂਟ ਮੈਂ ਪੜ੍ਹਨ ਡਿਆ ਸੀ, ਕਮੈਂਟ ਤੁਸੀਂ ਕਰਨ ਡੇ ਕਿ ਨਵਾਂ ਕੰਟੈਂਟ ਦੇ ਵਿੱਚ ਜਿਹੜੇ ਤੁਸੀਂ ਚੀਜ਼ਾਂ ਦੀ ਮੰਗ ਕੀਤੀ ਉਹ ਹੈਗੀ ਐਂਡੈਵਰ ਅਤੇ ਰੂਬੀਕੌਨ ਦਾ ਟੋਜਨ ਅਤੇ ਸਰਪੰਚ ਦਾ ਪੋਡਕਾਸਟ। ਇਹ ਦੋ ਚੀਜ਼ਾਂ ਦੀ ਜ਼ਿਆਦਾ ਡਿਮਾਂਡ ਆਉਣ ਡਈ ਆ, ਇਹ ਆਪਾਂ ਕਰਦਾ ਅਗਲੇ ਇੱਕ ਦੋ ਦਿਨਾਂ ਦੇ ਵਿੱਚ। ਅਤੇ ਬਾਕੀ ਮਿਲਦੇ ਹਾਂ ਜਾਣ ਮੇਰੀ ਕੱਲ੍ਹ ਨਵੇਂ ਵਲੌਗ ਦੇ ਨਾਲ। ਸਨੈਪਚੈਟ ਇੰਸਟਾਗ੍ਰਾਮ ਦੇ ਕਿਹੜਾ ਮਾਰਾਓ, ਅਤੇ ਕਿਉਂਕਿ ਸਨੈਪਚੈਟ 'ਤੇ ਕੁਛ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਆਪਾਂ ਵਲੌਗ 'ਚ ਨਹੀਂ ਪਾ ਸਕਦੇ, ਅਤੇ ਇੰਸਟਾਗ੍ਰਾਮ 'ਤੇ ਕੁਛ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਆਪਾਂ ਵਲੌਗ 'ਚ ਨਹੀਂ ਪਾ ਸਕਦੇ, ਤੁਹਾਨੂੰ ਇੰਸਟਾ 'ਤੇ ਦੇਖਣੀਆਂ ਪੈਣੀਆਂ ਰੀਲ ਹੋਣਾ, ਇੱਥੇ ਸਾਊਂਡ ਜਿਹੜਾ ਉਹ ਇੰਸਟਾ 'ਤੇ ਲੱਗਣਾ ਇੱਥੇ ਲੱਗ ਨਹੀਂ ਸਕਦਾ, ਇਸ ਕਰਕੇ ਉੱਥੇ ਤੁਹਾਨੂੰ ਗੇੜਾ ਮਾਰਨਾ ਪੈਣਾ। ਬਾਕੀ ਮਿਲਦੇ ਹਾਂ ਕੱਲ੍ਹ, ਬਾਏ ਬਾਏ ਜੀ ਦੇ ਵਾਸਤੇ ਰਹੋ ਅਤੇ ਨਿਆਰੇ ਲੋਕ ਰਹਿੰਦੇ ਸਤਵੰਜਾ ਘੱਟ ਹੀ।